ਸਤਿਕਾਰ ਜਿੰਨੇ ਵੀ ਮੇਰੇ ਦੋਸਤ ਹੈ ਅੱਜ ਦੇਖ ਰਹੇ ਮੇਰੇ ਬਹੁਤ ਅੱਛੇ ਦੋਸਤ ਸ਼ਬਾਜ਼ ਹੁਸੈਨ ਸਾਹਿਬ ਔਰ ਬਹੁਤ ਲਾਜਵਾਬ ਆਰਟਿਸਟ ਹੈ ਯੂ ਕੇ ਕੇ ਔਰ ਬੜੇ ਨਾਮੀ ਆਰਟਿਸਟ ਹੈ ਉਨ੍ਹਾਂ ਕਾਮ ਕਰਨਾ ਸਮਝ ਲਓ ਇੱਕ ਆਪਣੇ ਆਪ ਮੈਂ ਬੜੀ ਬਹੁਤ ਬੜੀ ਚੈਲੇਂਜ ਹੈ ਕਿਉਂਕਿ ਹਰ ਆਦਮੀ ਇਤਨੇ ਬਾਰੀਕ ਜ਼ਹਿਨ ਕੇ ਵੋ ਇਨਸਾਨ ਹੈ ਹਰ ਆਦਮੀ ਉਨ੍ਹਾਂ ਕਾਮ ਨਹੀਂ ਕਰ ਸਕਤਾ ਔਰ ਸਮਝ ਲਓ ਜੋ ਕਰਤਾ ਹੈ ਜਾਂ ਜਿਸਸੇ ਵੋ ਤਬਲੇ ਜਿਸਕੇ ਪਸੰਦ ਆਤੇ ਹੈ ਉਹ ਸਮਝ ਲਓ ਇੱਕ ਬਹੁਤ ਬੜਾ ਉਸ ਤਬਲੇ ਵਾਲੇ ਕੋ ਸਿੱਖਣੋ ਕੋ ਵੀ ਮਿਲ ਰਹਾ ਹੈ ਔਰ ਵੋ ਬਹੁਤ ਬੜੀਆ ਕਾਮ ਕਰਨੇ ਵਾਲਾ ਤਬਲਾ ਮੇਕਰ ਹੋਗਾ ਤੋ ਉਨਕੇ ਮੈਨੇ ਆਜ ਯੇ ਚਾਰ ਤਬਲੇ ਔਰ ਦੋ ਬਾਏ ਮੈਨੇ ਤਿਆਰ ਕੀ ਹੈ ਔਰ ਯੇ ਦੋ ਫਾਈਬਰ ਕੇ ਬਾਕਸ ਹੈ ਬਿਲਕੁਲ ਅਲੱਗ ਅਲੱਗ ਤਰ੍ਹਾਂ ਸੇ ਅਲੱਗ ਅਲੱਗ ਕੁਆਲਿਟੀ ਔਰ ਇੰਗਲੈਂਡ ਵੋ ਇੱਕ ਐਸੇ ਤਬਲਾ ਪਲੇਅਰ ਹੈ ਇਤਨੇ ਸੂਝਵਾਨ ਕੇ ਗਜ਼ਲ ਕੇ ਸਾਥ ਬਜਾਤੇ ਹੈ ਤੋ ਐਸਾ ਮਾਲੂਮ ਪੜਤਾ ਹੈ ਵੋ ਸਿਰਫ ਗਜ਼ਲ ਕਾ ਹੀ ਤਬਲਾ ਬਜਾਤੇ ਹੈ ਔਰ ਅਗਰ ਕਲਾਸੀਕਲ ਸੋਲੋ ਬਜਾਏ ਤੋ ਐਸਾ ਮਾਲੂਮ ਪੜਤਾ ਹੈ ਇਨਸੇ ਬਿਹਤਰ ਕੋਈ ਸੋਲੋ ਨਹੀਂ ਬਜਾ ਸਕਤਾ ਔਰ ਜਬ ਵੋ ਸੰਗਤ ਕਰਤੇ ਹੈ ਸਿਤਾਰ ਕੇ ਸਾਥ ਸਰੋਤ ਕੇ ਸਾਥ ਜਾਂ ਕਥਕ ਕੇ ਸਾਥ ਐਨੀਵੇ ਕਿਸੀ ਕੇ ਵੀ ਸਾਥ ਤੋ ਐਸਾ ਮਾਲੂਮ ਪੜਤਾ ਹੈ ਕਿ ਬਹੁਤ ਲਾਜਵਾਬ ਸੰਗਤ ਕਰਤੇ ਹੈ ਐਸੇ ਦੁਨੀਆ ਮੈਂ ਬੜੇ ਕਮ ਲੋਕ ਹੋਤੇ ਹੈ ਜੋ ਆਲਰਾਊਂਡਰ ਹੋਤੇ ਹੈ ਤੋ ਮੈਂ ਉਨਕੋ ਆਲਰਾਊਂਡਰ ਤਬਲੇ ਵਾਲਾ ਕਹੂੰਗਾ ਔਰ ਮਾਸ਼ਾਅੱਲਾ ਸੇ ਇੱਕ ਚੀਜ਼ ਬੜੇ ਕਮ ਲੋਕੋ ਕੋ ਮਾਲੂਮ ਹੈ ਕਿਉਂਕਿ ਮੈਨੇ ਤੋ ਉਨਕੇ ਪਾਸ ਕਾਫੀ ਰਹਾ ਹੂੰ ਔਰ ਕਾਫੀ ਉਨਸੇ ਮੇਰਾ ਡਿਸਕਸ ਹੋਤਾ ਰਹਿਤਾ ਹੈ ਔਰ ਡਿਸਕਸ ਹੁਆ ਹੈ ਵੋ ਮਾਸ਼ਾਅੱਲਾ ਸੇ ਗਾਤੇ ਵੀ ਬਹੁਤ ਬੜੀਆ ਹੈ ਔਰ ਹਾਰਮੋਨੀਅਮ ਵੀ ਬੜਾ ਕਮਾਲ ਬਜਾਤੇ ਹੈ ਤੋ ਕੁੱਲ ਮਿਲਾ ਕੇ ਇੱਕ ਉਨਕਾ ਬੜਾ ਜ਼ਹਿਨ ਸੰਗੀਤ ਕੇ ਜੋ ਪ੍ਰਤੀ ਹੈ ਵੋ ਬਹੁਤ ਖੁਲਾ ਹੂਆ ਜ਼ਹਿਨ ਹੈ ਉਨਕੋ ਅਗਰ ਪਸੰਦ ਕਰਾਨਾ ਹੈ ਤੋ ਸਮਝ ਲਓ ਇੱਕ ਆਪਨੇ ਬਹੁਤ ਬੜਾ ਅਵਾਰਡ ਲੈ ਲਿਆ ਤੋ ਸ਼ਾਬਾਸ਼ ਭਾਈ ਮੈਂ ਆਪਕੋ ਕੋਸ਼ਿਸ਼ ਕਰ ਰਹਾ ਹੂੰ ਕਿ ਆਪਕੋ ਪਸੰਦ ਆਈ ਹੈ ਦੇਖੀਏ ਇਹ ਦੇਖੀਏ ਬਾਇਆ ਬਿਲਕੁਲ ਨਰਮ ਹੈ ਬਿਲਕੁਲ ਸੋਫਟ ਬਾਇਆ ਬੋਲ ਰਹਾ ਹੈ ਕਿਉਂਕਿ ਆਪ ਜੋ ਨਾ ਇਹ ਬਾਇਆ ਮੈਨੇ ਦੇਖਾ ਖਾਨ ਸਾਹਿਬ ਸਟਾਈਲ ਬਜਾਤੇ ਔਰ ਆਪ ਮੇਰੀ ਨਿਗਾਹ ਮੈਂ ਦੂਸਰੇ ਸ਼ਖਸ ਦੁਨੀਆ ਮੈਂ ਐਸੇ ਹੈ ਜੋ ਉਸਤਾਦ ਤਾਰਿਕ ਖਾਨ ਸਾਹਿਬ ਜੈਸੇ ਬਾਏ ਪੇ ਖੇਲਤੇ ਹੈ ਐਸੇ ਹੀ ਆਪ ਖੇਲਤੇ ਹੈ ਇਹ ਦੇਖੀਏ ਬਾਇਆ ਕਿਉਂਕਿ ਆਪਕੋ ਬਾਇਆ ਪਸੰਦ ਕਰਾਨਾ ਵੀ ਇਹ ਬਹੁਤ ਬੜੀ ਬਾਤ ਹੈ ਇਹ ਦੇਖੀਏ ਇੱਕ ਯੇ ਤਬਲਾ ਹੈ ਆਪਕੇ ਲੀਏ ਡੀ ਸਾਹਿਬ ਕਾ ਡੀ ਕਾ ਇੱਕ ਯੇ ਤਬਲਾ ਕੀ ਹੈ ਆਪਕੇ ਲੀਏ ਸੋਰੀ ਇਹ ਨਹੀਂ ਹੈ ਹਾਂ ਇਹ ਹੀ ਹੈ ਯੇ ਔਰ ਇੱਕ ਯਾ ਇੱਕ ਤਬਲਾ ਇਹ ਹੈ ਯੇ ਸੀ ਔਰ ਸੀ ਸ਼ਾਰਪ ਕਾ ਹੈ ਅਭੀ ਮੈਂ ਇਸਕੋ ਉਪਰ ਵੀ ਔਰ ਲੈ ਜਾ ਕਰ ਦਿਖਾਊਂਗਾ ਆਪਕੋ ਔਰ ਇੱਕ ਤਬਲਾ ਯੇ ਕੀਆ ਹੈ ਆਪਕੀ ਇਨਕੀ ਅਭੀ ਸਾਰੋ ਕੀ ਫਿਨਿਸ਼ਿੰਗ ਬਾਕੀ ਹੈ ਮੈਂ ਆਜ ਯਹਾਂ ਵਿਸ਼ਵਕਰਮਾ ਡੇ ਹੈ ਇੰਡੀਆ ਮੈਂ ਤੋ ਇਸ ਲਈ ਕੋਈ ਵੀ ਦੂਸਰੀ ਚੀਜ਼ ਇਹ ਹੈ ਕਿ ਅਭੀ ਇੱਕ ਹਫਤਾ ਤਲਾ ਕੋਈ ਵੀ ਸ਼ਿਪਿੰਗ ਯੂ ਕੇ ਔਰ ਜਰਮਨੀ ਮਤਲਬ ਯੂਰੋਪ ਕੋਈ ਸ਼ਿਪਿੰਗ ਨਹੀਂ ਜਾ ਰਹੀ ਸੀ ਤੋ ਇਸ ਲਈ ਆਪਕਾ ਕਾਮ ਜਾ ਨਹੀਂ ਪਾਇਆ ਥਾ ਇਹ ਦੇਖੀਏ ਇਸਕੀ ਆਵਾਜ਼ ਦੇਖੀਏ देखिए शाबाश भाई ये मैंने तबला थोड़ा सा अभी खिच्ची नहीं लगाई थी जब मैं भेजूंगा तो आपको खिच्ची लगा के भेजूंगा ये मेरे छोटे भाई है यूनुस भाई दिखाओ जरा तबला एक तबला वो किया है ये सनी जिमी जो पाकिस्तान में है ये उनके लिए मैं तैयार कर रहा हूँ दो तबले सनी भाई के लिए ये देखिए भाईजान
आपका मतलब का काम करना हर आदमी नहीं कर सकता। एक मिनट काले, एक मिनट एक ये बायां है अलग से शबाज भाई की, नहीं दो बायां और दो जुड़ी। अभी इसकी भी मैं कटिंग करूंगा, फिनिशिंग करूंगा तो इसकी आंस और खुलेगी, ये देखिए, क्योंकि ये कटिंग करने से इसकी आवाज रुक रही है, जब कटिंग हो जाएगी तो बहुत आंस खुलेगी। अभी इतना इतना कटोरा कटेगा इसका, क्योंकि मैं ये दिखाना चाह रहा हूं कि भाई ये जब इतने उस पर ऐसा बोल रहा है तो फिर बेहतर होगा तो कैसे बोलेगा। जितने लोग हैं, जितने मेरे दोस्त हैं, सबसे एक गुजारिश यही है कि मैं हर बार एक ही गुजारिश करता हूं और आपसे एक ही चीज मांगता हूं कि मेरा चैनल सब्सक्राइब कीजिए, लाइक कीजिए, बेल आइकन टून बजाइए और ज्यादा से ज्यादा आप लोगों तक बेहतर चीज पहुंचाए तो इस बात को शेयर भी कीजिए और एक से बेहतर कमेंट कीजिए, क्यों आपके छोटे भाई को और बेहतर काम करने की और समझ आए, क्योंकि आपकी मुझको ब्लेसिंग की बहुत ज्यादा जरूरत है। जब आप मुझको ब्लेसिंग देंगे तो सारा कुछ तो ब्लेसिंग के ऊपर है, क्योंकि ये संगीत एक हवा है, एक मतलब ये मान लीजिए एक हवा को काबू करना तो ये ब्लेसिंग से काबू हो सकती है, अदरवाइज मैं सोचूं कि मैं ये करूंगा वो इम्पॉसिबल सवाल है। तो शबाज भाई के लिए ये सारे कुछ देख लीजिए शबाज भाई, ठीक है भाईजान, ये चारों तबले 1 2 3 4 ये एफ तलक जाएगा शबाज भाई, ये देख लीजिए मैंने उतार के भेज रहा हूँ क्योंकि शिपिंग में जाएगा तो प्रॉब्लम आएगा। ये मैंने एफ शार्प का और एफ का बनाया तबला कि गजलों में आपके काम आ सके। और देखिए ये मैंने आपके लिए स्पेशल तमाशे जो आपने मुझे बोला था, ये हेमर गुल्लू म्यूजिकल केंद्र की, ये देखिए, और ये एक ये है हमारे आपके लिए 4 हैमर दे रहा हूं सारी की सारी, ये देखिए स्पेशल हैमर है ये, ब्रास की, ये तीर वाली है आपके लिए, गिट्टियां ब्लैक कलर की भेज रहा हूं दोनों बायों में, और ये अभी मैं माला भी डालूंगा, ये आपको मैं दिखाई देता हूं माला डाल के, क्योंकि हर चीज खूबसूरत लगनी चाहिए। आजकल जितना अच्छा आदमी दिखता है उतना ही अच्छा होना भी चाहिए, ये नहीं कि मेकअप कर लो, ये देखिए। वैसे तो संगीत में सबसे बड़ी चीज है आदमी बेहतर से बेहतर काम करे, लेकिन थोड़ा सा फिनिशिंग भी होनी चाहिए। तो शबाज भाई मुझे लगता है, शायद मैं उम्मीद करता हूं आपको पसंद आएगा, और ये देखिए ये तबला भी मैं चेक करवाता हूँ। कि भाई आपको समझ आए, क्योंकि अभी ये कटिंग होगी जब ही अच्छा लगेगा। एक ये तबला, आपको मालूम है मुझको बजाना नहीं आता, लेकिन फिर भी कोशिश ये इतना ही चेक करना आता है।
ठीक है, जितने मेरे दोस्त हैं सबसे फिर यही गुजारिश है, रिक्वेस्ट है कि मेरा जो चैनल है उसे सब्सक्राइब करें, लाइक करें, बेल आइकन बजाएं। आदाब, नमस्कार, सत श्री अकाल।